ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜਮਾਤ 10ਵੀਂ ਜੋ ਤੁਹਾਡਾ ਹਰ ਵਿਧਵਾਰ ਨੈਸ ਦਾ ਇੱਕ ਟੈਸਟ ਹੁੰਦਾ ਹੈਗਾ ਠੀਕ ਹੈ ਉਸ ਟੈਸਟ ਦੀ ਆਪਾਂ ਜੇ ਤਿਆਰੀ ਕਰਾਂਗੇ ਤਾਂ ਉਹਦੇ ਲਈ ਆਪਾਂ ਪਾਠ ਨੰਬਰ 2 ਜਿਹੜਾ ਕਿ ਤੁਹਾਡਾ ਅਰਥ ਸ਼ਾਸਤਰ ਭਾਗ ਨਾਲ ਸੰਬੰਧਿਤ ਹੈ ਭਾਰਤੀ ਅਰਥ ਵਿਵਸਥਾ ਦੀ ਆਧਾਰਿਕ ਸਰੰਚਨਾ ਇਸ ਟੌਪਿਕ ਦੇ ਵਿੱਚ ਜਿਹੜੇ ਤੁਹਾਡੇ ਪ੍ਰਸ਼ਨ ਆਗੇ ਆਪਾਂ ਉਹਨਾਂ ਨੂੰ ਤੁਹਾਡੇ ਲਈ ਹੱਲ ਕਰਾਂਗੇ ਤੁਸੀਂ ਇਹਨਾਂ ਨੂੰ ਆਪਣੀ ਨੋਟਬੁਕਸ ਤੇ ਕਾਪੀਸ ਤੇ ਨੋਟ ਕਰ ਲਿਓ ਤੇ ਯਾਦ ਕਰ ਲਿਓ ਕਿਉਂਕਿ ਸਾਰੇ ਕੁਐਸਚਨ ਇਨਾਂ ਪ੍ਰਸ਼ਨਾਂ ਦੇ ਵਿੱਚੋਂ ਹੀ ਤੁਹਾਨੂੰ ਪੁੱਛੇ ਜਾਣਗੇ ਇਹ ਤੁਹਾਡਾ ਬੁੱਧਵਾਰ ਟੈਸਟ ਹੋਏਗਾ ਤਾਂ ਆਓ ਆਪਾਂ ਹੱਲ ਕਰਦੇ ਹਾਂ ਇਸ ਨੂੰ ਸਭ ਤੋਂ ਪਹਿਲਾ ਪ੍ਰਸ਼ਨ ਹੈ ਆਪਣੇ ਕੋਲ ਇਹ 8 ਲਿਖਿਆਂ ਵਿੱਚੋਂ ਕਿਹੜਾ ਮੋਦ੍ਰਿਕ ਆਰਥਿਕ ਸਰੰਚਨਾ ਨਾਲ ਸੰਬੰਧਿਤ ਹੈ ਹਾਂਜੀ ਦੇ ਵਿੱਚ ਆਰਬੀਆਈ ਸ਼ਾਹੂਕਾਰ ਗੈਰ ਬੈਂਕਿੰਗ ਸੰਸਥਾਵਾਂ ਠੀਕ ਹੈ ਉਪਰੋਕਤ ਸਾਰੇ ਇਹ ਸਾਰੇ ਹੀ ਮਾਦ੍ਰਿਕ ਆਰਥਿਕ ਸਰੰਚਨਾਵਾਂ ਦੇ ਨਾਲ ਸੰਬੰਧ ਰੱਖਦੇ ਹੈਗੇ ਨੰਬਰ 2 ਦੀ ਗੱਲ ਕਰੀਏ ਉਪਭੋਗਤਾ ਸਰੰਖਣ ਐਕਟ ਕਦੋਂ ਲਾਗੂ ਕੀਤਾ ਗਿਆ ਹਾਂ ਜਿਹੜਾ ਉਪਭੋਗਤਾ ਸਰੰਖਣ ਐਕਟ ਹੈਗਾ ਇਹ ਲਾਗੂ ਕੀਤਾ ਗਿਆ 1987 ਦੇ ਵਿੱਚ ਪਾਸ ਇਹ 1986 ਦੇ ਵਿੱਚ ਕੀਤਾ ਗਿਆ ਸੀ ਪਰ ਇਹਨੂੰ ਲਾਗੂ 1987 ਦੇ ਵਿੱਚ ਕੀਤਾ ਗਿਆ ਹੈਗਾ ਹਾਂਜੀ ਪ੍ਰਸ਼ਨ ਨੰਬਰ 3 ਹੈ ਪਿਆਰੇ ਵਿਦਿਆਰਥੀਓ ਉਪਭੋਗਤਾ ਜਾਗਰੂਕ ਹਫਤਾ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਉਪਭੋਗਤਾ ਜਾਗਰੂਕ ਹਫਤਾ 15 ਮਾਰਚ ਤੋਂ 21 ਮਾਰਚ ਤੱਕ ਮਨਾਇਆ ਜਾਂਦਾ ਹੈ ਇਸ ਸਮੇਂ ਦੇ ਦੌਰਾਨ ਜਿਹੜੇ ਉਪਭੋਗਤਾਗੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਨੰਬਰ 4 ਭਾਰਤ ਵਿੱਚ ਕਿਹੜਾ ਯਾਤransport ਵਪਾਰ ਕਰਨ ਲਈ ਸਸਤਾ ਅਤੇ ਵਧੀਆ ਮੰਨੇ ਜਾਂਦਾ ਹੈ ਹਾਂਜੀ ਰੇਲਵੇ ਯਾਤransport ਰੇਲਵੇ ਯਾਤransport ਨੂੰ ਸਸਤਾ ਅਤੇ ਵਧੀਆ ਮੰਨੇ ਜਾਂਦਾ ਹੈ ਇਸ ਤੋਂ ਬਾਅਦ ਪ੍ਰਸ਼ਨ ਨੰਬਰ 5 ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਦੋਂ ਬਣਾਈ ਗਈ ਹਾਂਜੀ ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਬਣਾਈ ਗਈ ਸੀ 16 April 1857 ਇਸ ਵਿੱਚ ਲਾਰਡ ਡੋਲੋ ਜਿਨੇ ਚਲਾਈ ਸੀ ਮੁੰਬਈ ਤੋਂ ਥਾਣੇ ਤੱਕ ਦੀ ਠੀਕ ਹੈ ਚੇਤੇ ਰੱਖਿਓ ਪ੍ਰਸ਼ਨ ਨੰਬਰ 6 ਸੰਸਾਰ ਵਿੱਚ ਭਾਰਤੀ ਰੇਲਵੇ ਨੈਟਵਰਕ ਦਾ ਕੀ ਸਥਾਨ ਹੈ ਹਾਂਜੀ ਸੰਸਾਰ ਦੇ ਵਿੱਚ ਭਾਰਤੀ ਰੇਲ ਨੈਟਵਰਕ ਦਾ ਚੌਥਾ ਸਥਾਨ ਹੈ ਸੰਸਾਰ ਦੇ ਵਿੱਚ ਚੌਥਾ ਸਥਾਨ ਹੈ ਜੇਕਰ ਏਸ਼ੀਆ ਦੀ ਗੱਲ ਕਰੀਏ ਏਸ਼ੀਆ ਦੇ ਵਿੱਚ ਪਹਿਲਾਗਾ ਠੀਕ ਨੰਬਰ 7 ਬਫਰ ਸਟਾਕ ਦਾ ਮੁੱਖ ਉਦੇਸ਼ ਹੁੰਦਾ ਹੈ ਹਾਂਜੀ ਬਫਰ ਸਟਾਕ ਦਾ ਮੁੱਖ ਉਦੇਸ਼ ਹੁੰਦਾਗਾ ਅਨਾਜ ਦੀ ਕੀਮਤ ਲਚਕਤਾ ਨੂੰ ਰੋਕਣਾ ਅਨਾਜ ਦੀ ਕਮੀ ਨੂੰ ਕਮੀ ਦੀ ਪੂਰਤੀ ਤਾਂ ਇਹਦੇ ਲਈ ਸਸਾ ਆਪਸ਼ਨ ਆ ਜਾਈਗੀ ਆਪਣੀ ਉਪਰੋਕਤ ਲੜੀ ਵਿੱਚੋਂ 2 ਅਤੇ 3 ਪ੍ਰਸ਼ਨ ਨੰਬਰ 8 ਹੈ ਆਪਣੇ ਕੋਲ ਸਰਵਜਨਿਕ ਵਿਤਰਣ ਪ੍ਰਣਾਲੀ ਦਾ ਸਬੰਧ ਕਿਸ ਨਾਲ ਹੈ ਹਾਂਜੀ ਸਰਵਜਨਿਕ ਵਿਤਰਣ ਪ੍ਰਣਾਲੀ ਦਾ ਸਬੰਧ ਬਫਰ ਸਟਾਕ ਕਟੋਕਟ ਲਾਗਤ ਮੁੱਲ ਉਚਿਤ ਮੁੱਲ ਦੁਕਾਨ ਉਪਰੋਕਤ ਸਾਰੇ ਹਾਂਜੀ ਇਹਨਾਂ ਸਾਰਿਆਂ ਦੇ ਨਾਲ ਹੀ ਸਬੰਧ ਹੈ ਪ੍ਰਸ਼ਨ ਨੰਬਰ 9 ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਪਿੰਡਾਂ ਵਿੱਚ ਬਿਜਲੀ ਦੀ ਵਿਵਸਥਾ ਨਹੀਂ ਹੈ ਹਾਂਜੀ ਅਜੇ ਵੀ 16% ਪਿੰਡਾਂ ਦੇ ਵਿੱਚ ਬਿਜਲੀ ਦੀ ਵਿਵਸਥਾ ਨਹੀਂ ਹੈ ਪ੍ਰਸ਼ਨ ਨੰਬਰ 10 ਹੇਠ ਲਿਖਿਆਂ ਵਿੱਚੋਂ ਸੰਚਾਰ ਦਾ ਸਾਧਨ ਕਿਹੜਾ ਹੈ ਹਾਂਜੀ ਇਹਨਾਂ ਦੇ ਵਿੱਚ ਦੇਖੋ ਵੀ ਸੰਚਾਰ ਦਾ ਕਮਿਊਨੀਕੇਸ਼ਨ ਦਾ ਸਾਧਨ ਕਿਹੜਾ ਹੈ ਟੈਲੀਫੋਨ ਠੀਕ ਹੈ ਟੈਲੀਫੋਨ ਹੈ ਇਹਦਾ ਉਹ ਸੰਚਾਰ ਦਾ ਸਾਧਨ ਹੈ ਨੰਬਰ 11 ਪੁੰਜੀ ਸਾਧਨ ਜੋ ਉਤਪਾਦਨ ਪ੍ਰਣਾਲੀ ਨੂੰ ਪ੍ਰਤੱਖ ਸੇਵਾਵਾਂ ਪ੍ਰਦਾਨ ਕਰਦਾ ਹੈ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹਨੂੰ ਕਿਹਾ ਜਾਂਦਾ ਹੈ ਆਰਥਿਕ ਆਧਾਰਿਕ ਸਰੰਚਨਾ ਆਰਥਿਕ ਆਧਾਰਿਕ ਸਰੰਚਨਾ ਨੰਬਰ 12 ਰੇਲਵੇ ਸੜਕ ਆਵਾਜਾਈ ਜਲ ਆਵਾਜਾਈ ਅਤੇ ਹਵਾਈ ਆਵਾਜਾਈ ਕਿਸ ਪ੍ਰਕਾਰ ਦੇ ਸਾਧਨ ਨੇ ਹਾਂਜੀ ਇਹੋ ਜਿਹੇ ਸਾਧਨ ਨੇ ਵੀ ਇਹ ਅਗੇ ਆਵਾਜਾਈ ਦੇ ਸਾਧਨ ਜਾਂ ਯਾਤਰਾ ਯਾਤ ਦੇ ਸਾਧਨ ਪ੍ਰਸ਼ਨ ਨੰਬਰ 13 ਭਾਰਤ ਦੇ ਕੇਂਦਰੀ ਬੈਂਕ ਦਾ ਨਾਮ ਕੀ ਹੈ ਹਾਂਜੀ ਭਾਰਤ ਦੇ ਕੇਂਦਰੀ ਬੈਂਕ ਦਾ ਨਾਮ ਕੀ ਹੈ ਭਾਰਤੀ ਰਿਜ਼ਰਵ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਆਰ ਬੀਆਈ ਪ੍ਰਸ਼ਨ ਨੰਬਰ 14 ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਹੋਈ ਸੀ ਹਾਂਜੀ ਕਦੋਂ ਕੀਤੀ ਗਈ ਸੀ 1935 ਦੇ ਵਿੱਚ ਠੀਕ ਹੈ 1935 ਦੇ ਵਿੱਚ ਨੰਬਰ 15 ਭਾਰਤ ਵਿੱਚ ਸਿੰਚਾਈ ਦੇ ਮੁੱਖ ਸਾਧਨ ਕਿਹੜੇ ਹੈਗੇ ਹਾਂਜੀ ਮਾਨਸੂਨ ਅਤੇ ਨਦੀਆਂ ਪ੍ਰਸ਼ਨ ਨੰਬਰ 16 ਉਪਭੋਗਤਾ ਸੁਰੱਖਣ ਕਾਨੂੰਨ ਕਦੋਂ ਪਾਸ ਕੀਤਾ ਗਿਆ ਸੀ ਹਾਂਜੀ ਪਾਸ ਕਦੋਂ ਕੀਤਾ ਗਿਆ ਸੀ ਵੀ 1986 ਦੇ ਵਿੱਚ ਠੀਕ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਾਸ 1986 ਚ ਕੀਤਾ ਗਿਆ ਸੀ ਪਰ ਲਾਗੂ 1987 ਚ ਕੀਤਾ ਗਿਆ ਸੀ ਨੰਬਰ 17 ਨਿਵਾੜ ਦੀ ਸਥਾਪਨਾ ਕਦੋਂ ਕੀਤੀ ਗਈ ਹਾਂਜੀ ਨਿਵਾੜ ਇੱਕ ਵਿਸ਼ੇਸ਼ 뱅킹 ਅ ਸੰਸਥਾਏ ਕੀ ਇਸ ਨੂੰ ਸਥਾਪਿਤ ਕੀਤਾ ਗਿਆ ਸੀ 1982 ਦੇ ਵਿੱਚ ਪ੍ਰਸ਼ਨ ਨੰਬਰ 18 ਭਾਰਤ ਦੀ ਖੇਤੀਬਾੜੀ ਲਈ ਬਸਿਸਟ ਬੈਂਕਿੰਗ ਸੰਸਥਾਵਾਂ ਕਿਹੜੀਆਂ ਹਨ ਹਾਂਜੀ ਪਿੰਡੂ ਖੇਤੀ ਬੈਂਕ ਨਬਾਰਡ ਭੂਮੀ ਵਿਕਾਸ ਬੈਂਕ ਉਪਰੋਕਤ ਸਾਰੇ ਤਾਂ ਇਹ ਉਪਰੋਕਤ ਸਾਰੇ ਹੀ ਭਾਰਤ ਦੀ ਖੇਤੀਬਾੜੀ ਲਈ ਬਸਿਸਟ ਬੈਂਕਿੰਗ ਸੰਸਥਾਵਾਂ ਹਨ ਪ੍ਰਸ਼ਨ ਨੰਬਰ 19 ਇਹ ਇਟਲੀਆਂ ਵਿੱਚੋਂ ਕਿਹੜਾ ਸੰਚਾਰ ਦਾ ਸਾਧਨ ਹੈ ਹਾਂਜੀ ਦੇਖੋ ਵੀ ਟੈਲੀਫੋਨ ਰੇਡੀਓ ਹਾਂਜੀ ਇਹ ਦੋਨੋਂ ਹੀ ਸੰਚਾਰ ਦੇ ਸਾਧਨ ਹਨ ਟੈਲੀਫੋਨ ਵੀ ਔਰ ਰੇਡੀਓ ਵੀ ਪ੍ਰਸ਼ਨ ਨੰਬਰ 2 ਸੰਸਾਰ ਵੱਲੋਂ ਗਰੀਬ ਲੋਕਾਂ ਦੀ ਰੋਜ਼ਾਨਾ ਜ਼ਰੂਰਤਾਂ ਦੀਆਂ ਵਸਤੂਆਂ ਦੇਣ ਲਈ ਕਿਹੜੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੀ ਹੈ ਵੀ ਜਿਹੜੀਆਂ ਗਰੀਬ ਲੋਕਾਂ ਨੂੰ ਰੋਜ਼ਾਨਾ ਜ਼ਰੂਰੀ ਵਸਤੂਆਂ ਮਾਇਆ ਕਰਵਾਉਂਦੀ ਹੈ ਹਾਂਜੀ ਉਸ ਪ੍ਰਣਾਲੀ ਦਾ ਨਾਮ ਹੈਗਾ ਸਰਬਜਨਕ ਵੰਤਰਣ ਪ੍ਰਣਾਲੀ ਸਰਬਜਨਕ ਵੰਤਰਣ ਪ੍ਰਣਾਲੀ ਠੀਕ ਤਾਂ ਇਹ ਟਾਪਿਕ ਸੀ ਆਪਣਾ ਜਿਹੜਾ ਫਸਟ ਸੈਕਿੰਡ ਚੈਪਟਰ ਸੀ ਆਪਣਾ ਇਕਨੋਮਿਕਸ ਨਾਲ ਅਰਥ ਸ਼ਾਸਤਰ ਭਾਗ ਨਾਲ ਰਿਲੇਟਡ ਭਾਰਤੀ ਅਰਥ ਵਿਵਸਥਾ ਦੀਆਂ ਆਧਾਰਿਕ ਸਰੰਜਨਾਵਾਂ ਇਹਦੇ ਵੀ ਕੁਐਸਚਨ ਹੈਗੇ ਇਹਨਾਂ ਨੂੰ ਤੁਸੀਂ ਆਪਣੀ ਕਾਪੀਜ਼ ਤੇ ਨੋਟਬੁਕਸ ਤੇ ਨੋਟ ਕਰਨਾਗਾ ਉਹਨਾਂ ਦੇ ਸਹੀ ਉੱਤਰ ਟਿਕ ਕਰਨੇ ਤੇ ਇਹਨਾਂ ਨੂੰ ਯਾਦ ਕਰਨਾ ਕਿਉਂ ਕਿ ਜਿਹੜਾ ਸਾਡਾ ਬੁੱਧਵਾਰ ਨੂੰ ਨੈਸ ਦਾ ਟੈਸਟ ਹੋਏਗਾ ਇਸ ਟੌਪਿਕ ਦੇ ਵਿੱਚੋਂ ਉਹਦੇ ਵਿੱਚ ਕੁਐਸਚਨ ਪੁੱਛੇ ਜਾਣਗੇ ਠੀਕ ਹੈ ਇਸ ਕਰਕੇ ਆਪਾਂ ਇਹਦੀ ਵਧੀਆ ਢੰਗ ਦੇ ਨਾਲ ਤਿਆਰੀ ਕਰ ਲਈਏ ਠੀਕ ਹੈ ਬੇਟਾ ਤਾਂ ਇਹ ਫਰਸਟ ਚੈਪਟਰ ਆਪਣਾ ਠੀਕ ਹੈ ਦੋ ਪਾਠ ਆਉਣਗੇ ਬੁੱਧਵਾਰ ਵਾਲੀ ਟੈਸਟ ਨੈਸ ਟੈਸਟ ਦੇ ਵਿੱਚ ਤਾਂ ਇਸ ਤੋਂ ਬਾਅਦ ਆਪਾਂ ਪਾਠ ਨੰਬਰ 10 ਸਿੱਖ ਹੱਲ ਕਰਾਂਗੇ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਉਹਦੇ ਲਈ ਇੱਕ ਪਾਠ ਆਪਾਂ ਹੋਰ ਬਣਾਵਾਂਗੇ ਤਦ ਤੱਕ ਦੇ ਲਈ ਤੁਸੀਂ ਪਹਿਲਾਂ ਇਸ ਨੂੰ ਯਾਦ ਕਰੋ ਅਪਲੇਸ ਤੋਂ ਬਾਅਦ ਦੂਸਰਾ 파ੜ ਤੁਹਾਡੇ ਲਈ ਬਣਾ ਦੇਗੇ ਠੀਕ ਹੈ ਓਕੇ ਬੇਟਾ ਗੁੱਡ ਬਾਏ